ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਇਸ ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕਰਨਾ ਜੀ, ਪਿਛਲੇ 5-6 ਮਹੀਨਿਆਂ ਦੇ ਵਿੱਚ ਕਿਹੜੀਆਂ ਇੰਪੋਰਟੈਂਟ ਕਾਨਫਰੰਸਿਸ, ਮੀਟਿੰਗਸ ਹੈਲਡ ਹੋਈਆਂ ਨੇ ਦੁਨੀਆਂ ਦੀਆਂ ਵੱਖ ਵੱਖ ਜਗ੍ਹਾਵਾਂ ਦੇ ਉੱਪਰ, ਉਹਨਾਂ ਸਾਰਿਆਂ ਨੂੰ ਆਪਾਂ ਨੇ ਡਿਸਕਸ ਕਰਨਾ। ਸੋ ਆਓ ਸ਼ੁਰੂ ਕਰੀਏ। ਲੈਕਚਰ ਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਤਾਂ ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਕਾਨਫਰੰਸ ਹੈਲਡ ਹੋਈ ਹੈ ਉਹ ਚੱਲ ਰਹੀ ਹੈ ਜੀ, ਕਿੱਥੇ? ਸਪੇਨ ਦੇ ਕੈਪੀਟਲ ਮੈਡ੍ਰਿਡ ਵਿਖੇ। ਉਸ ਮੀਟਿੰਗ ਦਾ ਨਾਮ ਹੈ UNFCCC ਦੀ ਮੀਟਿੰਗ, ਯਾਨੀ ਕਿ ਯੂਨਾਈਟਿਡ ਨੇਸ਼ਨਸ ਫਰੇਮਵਰਕ ਕਨਵੈਨਸ਼ਨ ਔਨ ਕਲਾਈਮੇਟ ਚੇਂਜ। ਇਸ ਦੇ ਤਹਿਤ ਹਰੇਕ ਸਾਲ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਮੀਟਿੰਗ ਕਰਵਾਈ ਜਾਂਦੀ ਹੈ, ਜਿਹਨੂੰ ਕਲਾਈਮੇਟ ਚੇਂਜ ਕਾਨਫਰੰਸ ਕਿਹਾ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਜੀ ਕਾਨਫਰੰਸ ਆਫ ਪਾਰਟੀ ਦੀ ਮੀਟਿੰਗ। ਹਰੇਕ ਸਾਲ ਮੀਟਿੰਗ ਹੈਲਡ ਹੁੰਦੀ ਹੈ, ਤੇ ਇਸ ਵਾਰ ਜਿਹੜੀ 2019 ਦੀ ਮੀਟਿੰਗ ਹੈਲਡ ਹੋਣੀ ਸੀ ਉਹਨੂੰ ਕਿਹਾ ਜਾਂਦਾ ਸੀਗਾ COP25। ਇਹ ਕਿੱਥੇ ਹੈਲਡ ਹੋਣੀ ਸੀ? ਇਹ ਹੈਲਡ ਹੋਣੀ ਸੀਗੀ ਚਿਲੇ ਕੰਟਰੀ, ਸਾਊਥ ਅਮੈਰੀਕਨ ਨੇਸ਼ਨ ਹੈ, ਬਟ ਚਿਲੇ ਕੰਟਰੀ ਦੇ ਵਿੱਚ ਚੱਲ ਰਹੇ ਨੇ ਪ੍ਰੋਟੈਸਟ। ਕੱਲੀ ਚਿਲੇ ਹੀ ਨਹੀਂ, ਸਾਊਥ ਅਮੈਰੀਕਾ ਦੇ ਕਾਫੀ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਕਿਹੜੇ ਕਿਹੜੇ ਕਾਰਨਾਂ ਕਰਕੇ ਸਾਊਥ ਅਮੈਰੀਕਾ ਦੇ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ, ਤਾਂ ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਮੈਂ ਐਡ ਕਰ ਦੂੰਗਾ। ਤੇ ਇਸ ਵਾਰ ਦੀ ਜਿਹੜੀ COP25 ਮੀਟਿੰਗ ਹੈ ਇਹ ਹੋਸਟ ਕਰਵਾਉਣ ਦੇ ਲਈ ਫਿਰ ਸਪੇਨ ਮੂਹਰੇ ਆਇਆ। ਸਪੇਨ ਕਹਿੰਦਾ ਅਸੀਂ ਹੋਸਟ ਕਰਵਾ ਲੈਣੇ ਜੀ। ਸੋ ਸਪੇਨ ਦੀ ਕੈਪੀਟਲ ਮੈਡ੍ਰਿਡ ਵਿਖੇ ਇਹਨਾਂ ਦੀ ਜਿਹੜੀ COP ਦੀ ਆਪਣੀ ਮੀਟਿੰਗ ਹੈ ਇਹ ਚੱਲ ਰਹੀ ਹੈ। ਕੁਐਸਚਨ ਪੁੱਛਦਾ ਤੁਹਾਡੇ ਤੋਂ, ਮੈਡ੍ਰਿਡ ਵਿਖੇ ਕਿਹੜੀ ਇੰਪੋਰਟੈਂਟ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਹੈ? ਉਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਕਰ ਦਿਓ। ਤੇ ਅਗਲੇ ਸਾਲ ਜਿਹੜੀ COP ਦੀ 26ਵੀਂ ਮੀਟਿੰਗ ਹੋਣੀ ਹੈ, 26th ਮੀਟਿੰਗ ਹੋਣੀ ਹੈ, ਉਹਨੂੰ ਹੋਸਟ ਕਰੂਗਾ ਜੀ ਗਲਾਸਗੋ। ਇਹ ਸਕਾਟਲੈਂਡ ਦਾ ਸ਼ਹਿਰ ਹੈ ਜੋ ਕਿ UK ਦਾ ਪਾਰਟ ਹੈ। ਅੱਛਾ, UK ਤੇ ਬ੍ਰਿਟੇਨ ਦੇ ਵਿੱਚ ਕੀ ਫਰਕ ਹੁੰਦਾ ਇਹ ਵੀ ਸੁਣੋ ਧਿਆਨ ਨਾਲ। ਦੇਖੋ, ਤਿੰਨ ਦੇਸ਼ ਨੇ, ਇੰਗਲੈਂਡ, ਸਕਾਟਲੈਂਡ ਤੇ ਵੇਲਸ। ਇਹ ਤਿੰਨੇ ਮਿਲ ਕੇ ਕੀ ਬਣਾਉਂਦੇ ਨੇ? ਇਹ ਬਣਾਉਂਦੇ ਨੇ ਜੀ ਬ੍ਰਿਟੇਨ। ਜੇ ਇਹਨਾਂ ਤਿੰਨਾਂ ਦੇ ਵਿੱਚ, ਯਾਨੀ ਕਿ ਇੰਗਲੈਂਡ, ਸਕਾਟਲੈਂਡ ਤੇ ਵੇਲਸ, ਇਹਨਾਂ ਤਿੰਨਾਂ ਦੇ ਵਿੱਚ ਤੁਸੀਂ ਨਾਰਦਰਨ ਆਇਰਲੈਂਡ ਜੋੜ ਦਿਓ ਤਾਂ ਉਹ ਬਣ ਜਾਂਦਾ ਜੀ ਯੂਨਾਈਟਿਡ ਕਿੰਗਡਮ, ਯਾਨੀ ਕਿ UK। ਹਰਮਨ ਜੀ ਮਿਲਿਆ ਨੇ UK, ਯੂਨਾਈਟਿਡ ਕਿੰਗਡਮ। ਤੇ ਅਗਲੀ ਹੀ ਇੰਪੋਰਟੈਂਟ ਜਿਹੜੀ ਮੀਟਿੰਗ ਹੋ ਕੇ ਹਟੀ ਹੈ ਉਹਦਾ ਨਾਮ ਆ ਗਿਆ ਜੀ G20। G20 ਦੀ ਸਮਿਟ ਕਿੱਥੇ ਹੈਲਡ ਹੋਇਆ ਸੀ ਇਸ ਵਾਰ 2019 ਦਾ? ਉਹ ਸੀ ਉਹ ਹੈਲਡ ਹੋਇਆ ਸੀਗਾ ਜਪਾਨ ਦੇ ਸ਼ਹਿਰ ਓਸਾਕਾ ਵਿਖੇ। ਓਸਾਕਾ ਥੀਮ ਇਹਦਾ ਹੈਗਾ ਸੀਗਾ ਹਿਊਮਨ ਸੈਂਟਰਡ ਫਿਊਚਰ ਸੁਸਾਇਟੀ। ਅੱਛਾ, ਪੇਪਰ ਵਾਲੇ ਉਲਝਾ ਲੈਂਦੇ ਨੇ ਕਈ ਵਾਰ ਬੱਚਿਆਂ ਨੂੰ ਇਹ ਪੁੱਛ ਕੇ ਵੀ G20 ਦਾ ਹੈੱਡਕੁਆਟਰ ਦੱਸੋ। ਦੇਖੋ, ਇਹ ਇਨਫੋਰਮਲ ਜਿਹੀ ਗਰੁੱਪਿੰਗ ਹੁੰਦੀਆਂ ਨੇ, ਇਹਨਾਂ ਦਾ ਕੋਈ ਵੀ ਹੈੱਡਕੁਆਟਰ ਨਹੀਂ ਹੁੰਦਾ। ਨਾ ਤੁਹਾਨੂੰ G20 ਦਾ ਕੋਈ ਹੈੱਡਕੁਆਟਰ ਮਿਲਣਾ, ਗੂਗਲ ਤੇ ਸਰਚ ਕਰੋਗੇ ਤੁਹਾਨੂੰ ਕੋਈ ਹੈੱਡਕੁਆਟਰ ਸ਼ੋ ਕਰ ਦੇਣਗੇ ਉਹ, ਬਟ G20 ਦਾ ਕੋਈ ਵੀ ਹੈੱਡਕੁਆਟਰ ਨਹੀਂ ਹੈਗਾ, ਨਾ ਹੀ G7 ਦਾ ਹੈੱਡਕੁਆਟਰ ਹੈ ਕੋਈ, ਨਾ ਹੀ G4 ਦਾ ਹੈੱਡਕੁਆਟਰ ਹੈ। ਸੋ ਜਿਹੜੀਆਂ ਇਹ ਇਨਫੋਰਮਲ ਗਰੁੱਪਿੰਗਸ ਹੁੰਦੀਆਂ ਨੇ ਇਹਨਾਂ ਦਾ ਕੋਈ ਵੀ ਹੈੱਡਕੁਆਟਰ ਨਹੀਂ ਹੁੰਦਾ। ਅੱਛਾ, G20 ਦਾ ਜਿਹੜਾ ਅਗਲਾ ਸਮਿਟ ਹੋਣਾ 2020 ਦੇ ਵਿੱਚ ਉਹ ਕੌਣ ਹੋਸਟ ਕਰਵਾਊਗਾ? ਉਹ ਕਰਵਾਊਗਾ ਜੀ ਸਾਊਦੀ ਅਰੇਬੀਆ। 2022 ਦੇ ਵਿੱਚ ਕੌਣ ਹੋਸਟ ਕਰਵਾਊਗਾ? ਉਹ ਕਰਵਾਊਗਾ ਜੀ ਆਪਣਾ ਦੇਸ਼ ਭਾਰਤ, ਆਪਣਾ ਇੰਡੀਆ ਹੋਸਟ ਕਰਵਾਊਗਾ। ਕਿਉਂ? ਕਿਉਂਕਿ 2022 ਦੇ ਵਿੱਚ ਆਪਣੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣਗੇ। ਪਹਿਲਾਂ ਆਪਣਾ ਦੇਸ਼ ਆਪਣੇ ਇੰਡੀਆ ਦੀ ਵਾਰੀ 2021 ਚ ਆਉਣੀ ਸੀ G20 ਨੂੰ ਹੋਸਟ ਕਰਵਾਉਂਦੀ, ਬਟ ਇੰਡੀਆ ਨੇ ਇਟਲੀ ਨੂੰ ਰਿਕੁਐਸਟ ਕਰੀ ਵੀ ਸਾਨੂੰ 2022 ਚ ਹੋਸਟ ਕਰਵਾ ਲੈਣ ਦੋ। ਸੋ ਇਟਲੀ ਦਾ ਪਹਿਲਾਂ ਇਟਲੀ ਦੇ ਵਿੱਚ ਹੋਣਾ ਸੀ 2022 ਦਾ ਸਮਿਟ। ਸੋ ਇਟਲੀ ਨੂੰ ਬੇਨਤੀ ਕੀਤੀ ਗਈ ਤੇ ਇਟਲੀ ਮੰਨ ਗਿਆ। ਇਟਲੀ ਕਹਿੰਦਾ ਕੋਈ ਗੱਲ ਨਹੀਂ ਜੀ, ਅਸੀਂ 2021 ਚ ਹੋਸਟ ਕਰਵਾ ਲਾਂਗੇ। ਸੋ ਇਹ ਕੁਝ ਗੱਲਾਂ ਯਾਦ ਰੱਖਿਓ। ਅਗਲੀ ਇੰਪੋਰਟੈਂਟ ਕਾਨਫਰੰਸ ਉਹਦਾ ਨਾਮ ਹੈ ਜੀ ਵਰਲਡ ਵਿੰਡ ਐਨਰਜੀ ਕਾਨਫਰੰਸ, 18ਵਾਂ ਸੈਸ਼ਨ ਸੀ ਇਹਦਾ। ਇਹਦਾ ਹੈਲਡ ਹੋਈ ਹੈ ਜੀ ਬ੍ਰਾਜ਼ੀਲ ਦੇ ਸ਼ਹਿਰ ਰੀਓ ਵਿਖੇ। ਰੀਓ ਡੀ ਜਨੇਰੀਓ ਬ੍ਰਾਜ਼ੀਲ ਦੀ ਕੈਪੀਟਲ ਨਹੀਂ ਹੈਗੀ, ਧਿਆਨ ਚ ਰੱਖਿਓ। ਕਿਸੇ ਸਮੇਂ ਕੈਪੀਟਲ ਹੁੰਦੀ ਸੀ ਬਟ ਅੱਜ ਦੇ ਸਮੇਂ ਬ੍ਰਾਜ਼ੀਲ ਦੀ ਕੈਪੀਟਲ ਹੈਗੀ ਜੀ ਬ੍ਰਾਜ਼ੀਲੀਆ। ਅਗਲੀ ਇੰਪੋਰਟੈਂਟ ਕਾਨਫਰੰਸ ਆ ਗਈ ਜੀ 18th ਨੋਨ ਅਲਾਈਨਡ ਮੂਵਮੈਂਟ ਸਮਿਟ। ਬਹੁਤ ਇੰਪੋਰਟੈਂਟ ਇਹ ਮੀਟਿੰਗ ਸੀਗੀ, ਕਿੱਥੇ ਹੈਲਡ ਹੋਈ ਸੀ? ਅਜ਼ਰਬਾਈਜਾਨ ਕੰਟਰੀ ਹੈ, ਇਹਦੀ ਕੈਪੀਟਲ ਬਾਕੂ ਵਿਖੇ। ਇਹਦੀ ਕੈਪੀਟਲ ਬਾਕੂ ਵਿਖੇ ਇਸ ਵਾਰ ਦੀ ਜਿਹੜੀ ਯੂਨੈਸਕੋ ਹੈਰੀਟੇਜ ਸਾਈਟ ਦੀ ਜਿਹੜੀ ਮੀਟਿੰਗ ਹੋਈ ਸੀ ਉਹ ਵੀ ਇੱਥੇ ਹੀ ਹੈਲਡ ਹੋਈ ਸੀ, ਜਿੱਥੇ ਆਪਣੇ ਜਿਹੜਾ ਇੰਡੀਆ ਦਾ ਜਿਹੜਾ ਜੈਪੁਰ ਸ਼ਹਿਰ ਹੈ ਉਹਨੂੰ ਯੂਨੈਸਕੋ ਵਰਲਡ ਹੈਰੀਟੇਜ ਸਿਟੀ ਡਿਕਲੇਅਰ ਕੀਤਾ ਗਿਆ ਸੀ। ਇਹ ਗੱਲ ਵੀ ਤੁਸੀਂ ਯਾਦ ਰੱਖਿਓ। ਤੇ ਇਸ ਮੀਟਿੰਗ ਨੂੰ ਹੈਲਡ ਕਰਨ ਦੇ ਲਈ ਆਪਣੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਾਇਆ ਨਾਇਡੂ ਸਾਹਿਬ ਜੀ ਗਏ ਸੀਗੇ। ਹੁਣ ਜੇ ਤੁਸੀਂ ਨੋਨ ਅਲਾਈਨ ਮੂਵਮੈਂਟ ਬਾਰੇ ਜਾਣਨਾ ਚਾਹੁੰਦੇ ਹੋ ਵੀ ਇਹ ਕੀ ਚੀਜ਼ ਹੈ, ਕਦੋਂ ਬਣੀ ਸੀ, ਉਹਦੇ ਉਸ ਵੀਡੀਓ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦੂੰਗਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਅਗਲੀ ਇੰਪੋਰਟੈਂਟ ਕਾਨਫਰੰਸ ਆ ਗਈ ਜੀ ਫਾਸਟੈਗ ਦੇ ਉੱਪਰ, ਵਨ ਨੇਸ਼ਨ ਵਨ ਟੈਗ ਕਾਨਫਰੰਸ, ਯਾਨੀ ਕਿ ਫਾਸਟੈਗ। ਠੀਕ ਹੈ, 1 ਦਸੰਬਰ ਤੋਂ ਇਹ ਸਕੀਮ ਲਾਗੂ ਹੋਣੀ ਸੀ। ਗੱਡੀਆਂ ਦੇ ਸ਼ੀਸ਼ਿਆਂ ਦੇ ਉੱਪਰ ਫਾਸਟੈਗ ਸਟਿੱਕਰ ਲੱਗਣੇ ਸੀਗੇ, ਜਿਹਦੇ ਵਿੱਚ ਤੁਹਾਡਾ ਜਿਹੜਾ ਟੋਲ ਪਲਾਜ਼ਿਆਂ ਦੇ ਉੱਪਰ ਟੋਲ ਕਲੈਕਟ ਹੁੰਦਾ ਉਹ ਹੁਣ ਤੋਂ ਇਲੈਕਟ੍ਰੋਨਿਕਲੀ ਕਲੈਕਟ ਹੋਇਆ ਕਰੂਗਾ, ਤੁਹਾਨੂੰ ਟੋਲ ਪਲਾਜ਼ਿਆਂ ਦੇ ਉੱਪਰ ਖੜਨ ਦੀ ਲੋੜ ਨਹੀਂ। ਇਹ ਹੈ ਜੀ ਫਾਸਟੈਗ ਦਾ ਕਨਸੈਪਟ। ਇੱਕ ਗੱਲ ਯਾਦ ਰੱਖਿਓ, ਫਾਸਟੈਗ ਜਿਹੜਾ ਇਹ ਕੰਮ ਕਿਹੜੀ ਟੈਕਨੋਲੋਜੀ ਦੇ ਉੱਪਰ ਕਰਦਾ? ਉਹ ਕਰਦਾ ਜੀ ਰੇਡੀਓ ਫ੍ਰੀਕੁਐਂਸੀ ਦੇ ਉੱਪਰ। RFID ਡਿਵਾਈਸ ਲੱਗਿਆ ਜਾਂਦਾ ਜੀ ਟੋਲ ਪਲਾਜ਼ੇ ਤੇ, ਉਹ ਤੁਹਾਡੇ ਫਾਸਟੈਗ ਜਿਹੜਾ ਗੱਡੀ ਦੇ ਉੱਪਰ ਲੱਗਿਆ ਹੋਊਗਾ
ਉਹਨੂੰ ਸਕੈਨ ਕਰੂਗਾ ਰੇਡੀਓ ਫ੍ਰੀਕੁਐਂਸੀ ਦੀ ਮਦਦ ਦੇ ਨਾਲ, ਜਿਹਦੇ ਨਾਲ ਤੁਹਾਡੇ ਪੈਸੇ ਜਿਹੜਾ ਤੁਹਾਡਾ ਵਾਲਟ ਹੋਊਗਾ, ਚਾਹੇ ਪੇਟੀਐਮ ਵਾਲਟ, ਚਾਹੇ ਤੁਹਾਡਾ ਬੈਂਕ ਦਾ ਅਕਾਊਂਟ ਆ ਜਿਹੜਾ ਉਹਨੇ ਅਟੈਚ ਕਰ ਰੱਖਿਆ, ਉਹਦੇ ਵਿੱਚੋਂ ਪੈਸੇ ਤੁਹਾਡੇ ਕੱਟੇ ਜਾਣਗੇ। ਤੇ ਇਹ ਕਾਨਫਰੰਸ ਹੋਲਡ ਹੋਈ ਹੈ ਜੀ ਨਿਊ ਦਿੱਲੀ ਵਿਖੇ। ਅਗਲਾ ਇੰਪੋਰਟੈਂਟ ਸਮਿਟ ਹੋਇਆ ਜੀ ਨਾਟੋ ਦਾ ਸਮਿਟ, ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। 29 ਮੈਂਬਰ ਨੇ ਇਹਦੇ ਅੱਜ ਦੀ ਘੜੀ ਨਾਟੋ ਦੇ, ਤੇ ਇੱਕ ਦੇਸ਼ ਨੇ ਇਹਦੀ ਮੈਂਬਰਸ਼ਿਪ ਦੇ ਲਈ ਅਪਲਾਈ ਕੀਤਾ ਹੋਇਆ। ਜੇ ਉਸ ਦੇਸ਼ ਦਾ ਨਾਮ ਤੁਸੀਂ ਦੱਸ ਦੋਗੇ ਤਾਂ ਬਹੁਤ ਵਧੀਆ, ਕਿਹੜਾ ਦੇਸ਼ ਹੈ ਜਿਹਨੇ ਨਾਟੋ ਦੀ ਮੈਂਬਰਸ਼ਿਪ ਦੇ ਲਈ ਅਪਲਾਈ ਕੀਤਾ ਹੋਇਆ। ਤੇ ਉਹਨੇ ਹਾਲ ਹੀ ਦੇ ਵਿੱਚ ਦੇਸ਼ ਨੇ ਆਪਣਾ ਨਾਮ ਵੀ ਚੇਂਜ ਕੀਤਾ ਹੈ। ਦੋਹਾਂ ਅਨਸਰ ਇਹਦਾ ਕਮੈਂਟ ਬਾਕਸ ਦੇ ਵਿੱਚ ਲਿਖੋ। ਸੋ ਨਾਟੋ ਬੇਸਿਕਲੀ ਇੱਕ ਮਿਲਟਰੀ ਅਲਾਇੰਸ ਹੈ US ਤੇ ਇਹਦੇ ਕਈ ਸਾਥੀਆਂ ਦਾ, ਜਿਹੜੇ ਕਿ ਯੂਰੋਪ ਦੇ ਵਿੱਚ ਨੇ। ਬੇਸਿਕਲੀ ਇਹਨਾਂ ਦਾ ਮਕਸਦ ਇਹ ਹੁੰਦਾ, ਜੇ ਫਰਜ਼ ਕਰੋ ਯੂਰੋਪ ਦਾ ਕੋਈ ਦੇਸ਼ ਹੈ ਜਿਹੜਾ ਕਿ ਨਾਟੋ ਦਾ ਮੈਂਬਰ ਹੈ, ਉਹਦੇ ਉੱਪਰ ਕੋਈ ਅਟੈਕ ਕਰਦਾ ਕੋਈ ਦੂਸਰੀ ਕੰਟਰੀ, ਤਾਂ ਨਾਟੋ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਮਿਲ ਕੇ ਉਸ ਅਟੈਕਰ ਦੇ ਉੱਪਰ ਅਟੈਕ ਕਰਨਗੇ। ਇਹ ਇੱਕ ਤਰ੍ਹਾਂ ਦਾ ਮਿਲਟਰੀ ਅਲਾਇੰਸ ਹੈ। ਇਹਦਾ ਹੈੱਡਕੁਆਰਟਰ ਕਿੱਥੇ ਹੈ ਜੀ ਉਹ ਵੀ ਦੱਸੋ ਮੈਨੂੰ। ਯੂਰੋਪੀਅਨ ਦੇਸ਼ ਹੈ ਕਈ ਵੀ, ਮੈਂ ਤੁਹਾਨੂੰ ਦੱਸ ਦੇਣਾ ਰਸ਼ੀਆ ਦੇ ਨਾਲ ਉਹਦਾ ਬਾਰਡਰ ਲੱਗਦਾ। ਦੱਸੋ ਕਿਹੜੀ ਕੰਟਰੀ ਦੇ ਵਿੱਚ ਨਾਟੋ ਦਾ ਹੈੱਡਕੁਆਰਟਰ ਹੈ। ਤੇ ਇਸ ਵਾਰ ਜਿਹੜਾ ਨਾਟੋ ਦਾ ਸਮਿਟ ਹੈਲਡ ਹੋ ਕੇ ਹਟਿਆ, ਥੋੜੇ ਦਿਨ ਪਹਿਲਾਂ ਹੀ ਉਹ ਹੋ ਕੇ ਹਟਿਆ ਜੀ ਲੰਡਨ ਵਿਖੇ। ਤੇ ਨਾਟੋ ਦਾ ਜਿਹੜਾ ਸੈਕਟਰੀ ਜਨਰਲ ਹੈ, ਇਹ ਪੇਪਰ ਤੁਹਾਡੇ ਤੋਂ ਪੁੱਛਿਆ ਜਾ ਸਕਦਾ, ਇੰਪੋਰਟੈਂਟ ਹੈ, ਨਾਰਵੇ ਦੇ ਫਾਰਮਰ ਪ੍ਰਧਾਨ ਮੰਤਰੀ ਹੁੰਦੇ ਸੀਗੇ ਜੈਂਸ ਸਟੋਲਨਬਰਗ, ਇਹ ਫਿਲਹਾਲ ਦੀ ਘੜੀ ਨਾਟੋ ਦੇ ਸੈਕਟਰੀ ਜਨਰਲ ਨੇ। ਅਗਲੀ ਨਿਊਜ਼, 11ਵਾਂ ਐਡੀਸ਼ਨ ਡਿਫੈਂਸ ਐਕਸਪੋ ਦਾ, ਇਹ ਕਿੱਥੇ ਹੈਲਡ ਹੋਊਗਾ ਜੀ? ਇਹ ਹੋਊਗਾ ਜੀ ਯੂਪੀ ਦੇ ਲਖਨਊ ਵਿਖੇ, ਠੀਕ ਹੈ। ਹਰ ਸਾਲ ਜ਼ਿਆਦਾਤਰ ਇਹ ਜਿਹੜਾ ਡਿਫੈਂਸ ਐਕਸਪੋ ਹੁੰਦਾ ਨਾ, ਇਹ ਤਾਮਿਲਨਾਡੂ ਸ਼ਹਿਰ 'ਚ ਹੁੰਦਾ, ਬਟ ਅਗਲਾ ਜਿਹੜਾ 11ਵਾਂ ਹੋਊਗਾ ਨਾ, ਇਹ ਯੂਪੀ ਦੇ ਲਖਨਊ ਵਿਖੇ ਹੋਊਗਾ। ਇਹ ਇੰਪੋਰਟੈਂਟ ਗੱਲ ਹੈ। ਅਗਲੀ ਇੰਪੋਰਟੈਂਟ ਕਾਨਫਰੰਸ ਹੈ ਜੀ, ਉਹ ਹੈ ਜੀ 64th ਪਾਰਲੀਮੈਂਟਰੀ ਕਾਨਫਰੰਸ। ਇਹ ਹੈਲਡ ਹੋਈ ਹੈ ਜੀ ਯੁਗਾਂਡਾ, ਜੋ ਕਿ ਅਫਰੀਕਨ ਕੰਟਰੀ ਹੈ, ਇਹਦੀ ਕੈਪੀਟਲ ਕੰਪਾਲਾ ਵਿਖੇ। ਤੇ ਆਪਣੇ ਇੰਡੀਅਨ ਡੈਲੀਗੇਸ਼ਨ ਕਿਹਦੇ ਦੁਆਰਾ ਲੀਡ ਕੀਤਾ ਗਿਆ ਸੀ? ਉਹ ਲੋਕ ਸਭਾ ਜਿਹੜੇ ਸਪੀਕਰ ਨੇ ਓਮ ਬਿਰਲਾ ਜੀ, ਇਹਨਾਂ ਦੀ ਕੋਨਸਟੀਟੂਐਂਸੀ ਕੋਟਾ ਜੋ ਕਿ ਰਾਜਸਥਾਨ ਵਿਖੇ, ਉਹ ਇਹਨਾਂ ਦੀ ਕੋਨਸਟੀਟੂਐਂਸੀ ਹੈ। ਤੇ ਓਮ ਬਿਰਲਾ ਜੀ ਹਾਲ ਹੀ ਦੇ ਵਿੱਚ ਆਪਣਾ ਜਿਹੜਾ ਚੌਥਾ ਸਾਰਕ ਸਪੀਕਰ ਸਮਿਟ ਹੈਲਡ ਹੋਇਆ ਸੀਗਾ ਮਾਲਦੀਵਸ ਕੰਟਰੀ ਦੀ ਕੈਪੀਟਲ ਮਾਲੇ ਵਿਖੇ, ਉਹਦੇ ਵੱਲੋਂ ਵੀ ਆਪਣੇ ਸਪੀਕਰ ਜਿਹੜੇ ਲੋਕ ਸਭਾ ਸਪੀਕਰ ਨੇ ਓਮ ਬਿਰਲਾ ਜੀ, ਇਹ ਅਟੈਂਡ ਕਰਨ ਗਏ ਸੀ। ਤੇ ਇਹ ਥੀਮ ਜਿਹੜਾ ਇਹ ਸਪੀਕਰ ਸਮਿਟ ਸੀ, ਇਹਦਾ ਥੀਮ ਸੀਗਾ ਅਚੀਵਿੰਗ ਸਸਟੇਨੇਬਲ ਡਿਵੈਲਪਮੈਂਟ ਗੋਲਸ। ਇੱਕ ਗੱਲ ਯਾਦ ਰੱਖੋ, ਪਿਛਲੇ ਸਾਲ ਬਹੁਤ ਇੰਪੋਰਟੈਂਟ ਗੱਲ ਹੈ, ਆਪਣੀ ਜਿਹੜੀ ਰਾਜ ਸਭਾ ਹੈ ਉਹਨਾਂ ਨੇ ਪਹਿਲੀ ਵਾਰ 76 ਸਾਲਾਂ ਦੇ ਵਿੱਚ ਇੱਕ MOU ਸਾਈਨ ਕਰਿਆ ਸੀਗਾ ਕਿਸੇ ਕੰਟਰੀ ਦੇ ਨਾਲ। ਉਸ ਕੰਟਰੀ ਦਾ ਨਾਮ ਸੀਗਾ, ਯੁਗਾਂਡਾ ਦੇ ਨਾਲ ਲੱਗਦੀ ਕੰਟਰੀ ਹੈ, ਉਹਦਾ ਨਾਮ ਹੈਗਾ ਰਵਾਂਡਾ ਕੰਟਰੀ। ਉਹਦੀ ਕੈਪੀਟਲ ਦੱਸ ਸਕਦੇ ਮੈਨੂੰ ਰਵਾਂਡਾ ਕੰਟਰੀ ਦੀ ਕੈਪੀਟਲ ਕੀ ਹੈਗੀ? ਤੇ ਉਹਦੇ ਨਾਲ ਆਪਾਂ ਨੇ ਇੰਟਰ ਪਾਰਲੀਮੈਂਟਰੀ ਡਾਇਲੋਗ ਨੂੰ ਲੈ ਕੇ ਰਾਜ ਸਭਾ ਨੇ MOU ਸਾਈਨ ਕਰਿਆ ਸੀ, ਇਹ ਵੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ। ਅਗਲੀ ਇੰਪੋਰਟੈਂਟ ਕਾਨਫਰੰਸ ਸਮਿਟ ਜਿਹੜਾ ਕਿ ਹੈਲਡ ਹੋਇਆ ਸੀਗਾ, ਉਹਦਾ ਨਾਮ ਸੀਗਾ ਫਸਟ ਐਵਰ ਇੰਡੀਆ ਕਰਾਈਕੋਮ ਲੀਡਰ ਸਮਿਟ। ਇਹ ਕਰਾਈਕੋਮ ਕੀ ਹੈ? ਕਰੀਬੀਅਨ ਕੰਟਰੀਜ਼ ਦਾ ਇਹ ਗਰੁੱਪ ਹੈ, 15 ਕਰੀਬੀਅਨ ਕੰਟਰੀਜ਼ ਨੇ ਨੌਰਥ ਅਮੈਰੀਕਾ ਤੇ ਸਾਊਥ ਅਮੈਰੀਕਾ ਦੇ ਵਿਚਾਲੇ ਜਿਹੜੇ ਛੋਟੇ ਛੋਟੇ ਆਈਲੈਂਡ ਦੇਸ਼ ਨੇ ਨਾ, ਉਹਨਾਂ ਨੂੰ ਕਰੀਬੀਅਨ ਦੇਸ਼ ਕਿਹਾ ਜਾਂਦਾ, ਕਰੀਬੀਅਨ ਆਈਲੈਂਡ ਕਹਿੰਦੇ ਨੇ। ਸੋ ਇਹ ਗਰੁੱਪਿੰਗ ਅੱਜ ਦੇ ਸਮੇਂ ਇੰਡੀਆ ਦੇ ਲਈ ਬਹੁਤ ਇੰਪੋਰਟੈਂਟ ਹੈਗੀ। ਕਾਹਦੇ ਵਾਸਤੇ? ਇੱਕ ਇੱਕ ਦੇਸ਼ ਦੀ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਇੱਕ ਸਿੰਗਲ ਵੋਟ ਹੈ। ਸੋ ਜੇ ਇੰਡੀਆ ਨੇ ਕੱਲ੍ਹ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਫਰਜ਼ ਕਰੋ ਪਰਮਾਨੈਂਟ ਮੈਂਬਰਸ਼ਿਪ ਦੇ ਲਈ ਅਪਲਾਈ ਕਰਨਾ, ਤਾਂ ਇਹ ਦੇਸ਼ ਆਪਣੇ ਲਈ ਕਿੰਨੇ ਹੈਲਪਫੁਲ ਹੋ ਸਕਦੇ ਨੇ। ਸੋ ਇਹਨਾਂ ਦਾ ਤੇ ਇੰਡੀਆ ਦਾ ਪਹਿਲਾ ਜਿਹੜਾ ਸਮਿਟ ਸੀ ਉਹ ਹੈਲਡ ਹੋ ਕੇ ਹਟਿਆ ਸੀਗਾ ਨਿਊਯਾਰਕ ਵਿਖੇ। ਕਿਉਂ? ਕਿਉਂਕਿ ਨਿਊਯਾਰਕ US ਦੇ ਵਿਖੇ, ਠੀਕ ਹੈ, ਇਸ ਵਾਰ ਜਿਹੜਾ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦਾ 74th ਸੈਸ਼ਨ ਦੀ ਮੀਟਿੰਗ ਸੀ, ਉਹ ਵੀ ਇੱਥੇ ਹੀ ਹੈਲਡ ਹੋਈ ਸੀ। ਤੇ ਉਸ ਤੋਂ ਇਲਾਵਾ ਯੂਨਾਈਟਿਡ ਨੇਸ਼ਨ ਜਿਹੜਾ ਕਲਾਈਮੇਟ ਐਕਸ਼ਨ ਸਮਿਟ ਸੀਗਾ 2019 ਦਾ, ਉਹ ਵੀ ਨਿਊਯਾਰਕ ਵਿਖੇ ਹੈਲਡ ਹੋਇਆ ਸੀਗਾ, ਜਿੱਥੇ ਗ੍ਰੇਟਾ ਥੈਨਬਰਗ ਸਵੀਡਨ ਦੀ ਬੱਚੀ ਨੇ ਬਹੁਤ ਹੀ ਵਧੀਆ ਸਪੀਚ ਦਿੱਤੀ ਸੀਗੀ। ਤੇ ਇਹਦਾ ਥੀਮ ਸੀਗਾ ਇਹ ਰੇਸ ਵੀ ਕੈਨ ਵਿਨ, ਇਹ ਰੇਸ ਵੀ ਮਸਟ ਵਿਨ। ਇਸ ਤੋਂ ਇਲਾਵਾ ਮੋਦੀ ਸਾਹਿਬ ਨੇ ਟੈਕਸਸ ਕੰਟਰੀ ਦੇ ਜਿਹੜਾ ਹੌਸਟਨ ਹੈਗਾ ਉੱਥੇ ਇੱਕ ਬਹੁਤ ਹੀ ਵੱਡਾ ਇਵੈਂਟ ਵੀ ਔਰਗਨਾਈਜ਼ ਕਰਵਾਇਆ ਸੀਗਾ, ਉਹਦਾ ਨਾਮ ਸੀਗਾ ਹਾਊਡੀ ਮੋਦੀ ਇਵੈਂਟ, ਠੀਕ ਹੈ। ਇਹ ਗੱਲਾਂ ਤੁਸੀਂ ਯਾਦ ਰੱਖਿਓ। ਅੱਗੇ ਇੱਕ ਕੈਂਪੇਨ ਸੀਗਾ, ਮੈਂ ਵੈਸੇ ਹੀ ਐਡ ਕਰਤਾ ਤੁਹਾਨੂੰ ਕੁਛ ਐਕਸਟਰਾ ਨੌਲੇਜ ਦੇਣ ਦੇ ਲਈ, ਉਹਦਾ ਨਾਮ ਸੀਗਾ TB ਹਾਰੇਗਾ ਦੇਸ਼ ਜੀਤੇਗਾ ਕੈਂਪੇਨ। ਇਹਨੂੰ ਲਾਂਚ ਕੀਤਾ ਗਿਆ ਆਪਣੀ ਹੈਲਥ ਮਿਨਿਸਟਰੀ ਦੁਆਰਾ, ਕਾਹਦੇ ਵਾਸਤੇ? ਤਾਂ ਕਿ ਜਿਹੜਾ TB ਹੈ, ਟਿਊਬਰਕਲੋਸਿਸ ਹੈ, ਇਹਨੂੰ ਆਪਣੇ ਦੇਸ਼ ਦੇ ਵਿੱਚੋਂ ਰੈਡੀਕੇਟ ਕੀਤਾ ਜਾਵੇ। ਹੁਣ ਜੇ ਤੁਸੀਂ ਟਿਊਬਰਕਲੋਸਿਸ ਬਾਰੇ ਜਾਣਨਾ ਚਾਹੁੰਦੇ ਹੋ ਵੀ ਇਹ ਡਿਜ਼ੀਜ਼ ਕਿਵੇਂ ਹੁੰਦਾ ਹੈਗਾ ਤੇ TB ਦੇ ਕਿਹੜੇ ਕਿਹੜੇ ਟਾਈਪਸ ਹੁੰਦੇ ਨੇ, ਕਿਹੜੇ ਕਿਹੜੇ ਸਟੇਜਸ ਹੁੰਦੇ ਨੇ, ਤਾਂ ਉਸ ਵੀਡੀਓ ਦਾ ਵੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਮੈਂ ਪੜ੍ਹਾ ਚੁੱਕਿਆ ਬੜੀ ਡਿਟੇਲ ਦੇ ਵਿੱਚ, ਤੁਸੀਂ ਦੁਬਾਰਾ ਦੇਖ ਸਕਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲਿੰਕ ਤੁਸੀਂ ਕਲਿੱਕ ਕਰ ਲਿਓ, ਤੁਸੀਂ ਵੀਡੀਓ ਦੇਖ ਸਕਦੇ। ਤੇ TB ਨੂੰ ਰੈਡੀਕੇਟ ਕਰਨ ਦਾ ਗਲੋਬਲ ਟਾਰਗੇਟ ਹੈਗਾ ਜੀ 2030 ਦਾ। 2030 ਤੱਕ ਦੁਨੀਆ ਕਹਿੰਦੀ ਅਸੀਂ ਇਹਨੂੰ ਰੈਡੀਕੇਟ ਕਰਾਂਗੇ, ਬਟ ਇੰਡੀਆ ਨੇ 5 ਸਾਲ ਪਹਿਲਾਂ ਹੀ ਇਹ ਸੋਚ ਖਾਧੀ ਹੈ ਜੀ ਵੀ ਅਸੀਂ TB ਨੂੰ 2025 ਤੱਕ ਰੈਡੀਕੇਟ ਕਰਾਂਗੇ। ਅਗਲੀ ਹੈਗੀ ਜੀ ਫਸਟ ਆਫ ਇਟਸ ਕਾਇੰਡ ਇੰਟਰਨੈਸ਼ਨਲ ਕਾਨਫਰੰਸ ਔਨ ਸਸਟੇਨੇਬਲ ਐਜੂਕੇਸ਼ਨ। ਇਹ ਹੈਲਡ ਹੋਈ ਹੈ ਜੀ ਨਵੀਂ ਦਿੱਲੀ ਵਿਖੇ, ਇਹਨੂੰ ਆਰਗੇਨਾਈਜ਼ ਕਰਵਾਇਆ ਗਿਆ ਜੀ ਯੂਨੈਸਕੋ ਦੁਆਰਾ। ਯੂਨੈਸਕੋ ਦਾ ਹੈੱਡਕੁਆਰਟਰ ਪੈਰਿਸ ਵਿਖੇ ਹੈਗਾ, ਤੇ ਯੂਨੈਸਕੋ ਦੇ ਮੌਜੂਦਾ ਜਿਹੜੇ ਡਾਇਰੈਕਟਰ ਜਨਰਲ ਨੇ ਉਹਨਾਂ ਦਾ ਨਾਮ ਦੱਸ ਸਕਦੇ ਮੈਨੂੰ ਕਮੈਂਟ ਬਾਕਸ ਦੇ ਵਿੱਚ?
ਤੇ ਅਗਲੀ ਇੰਪੋਰਟੈਂਟ ਜਿਹੜੀ ਮੀਟਿੰਗ ਹੋਣੀ ਹੈ ਅੱਗੇ ਜਾ ਕੇ 2022 ਚ, ਉਹ ਹੈਗੀ ਜੀ ਇੰਟਰਪੋਲ ਦੀ ਜਨਰਲ ਅਸੈਂਬਲੀ 91st ਸੈਸ਼ਨ ਹੋਊਗਾ ਇਹਦਾ। ਇੰਡੀਆ ਹੋਸਟ ਕਰਵਾਊਗਾ ਤਾਂ ਕਿ ਆਪਣੇ ਜਿਹੜੇ ਆਜ਼ਾਦੀ ਦੇ 75 ਸਾਲ ਨੇ ਪੂਰੇ ਹੋਣਗੇ ਉਹਨਾਂ ਨੂੰ ਕਮੈਮੋਰੇਟ ਕਰਿਆ ਸਕੇ। ਇੰਟਰਪੋਲ ਨੂੰ ਇੰਟਰਨੈਸ਼ਨਲ ਪੁਲਿਸ ਵੀ ਕਿਹਾ ਜਾਂਦਾ, ਇਹਦਾ ਹੈੱਡਕੁਆਟਰ ਲਿਓਨ ਫਰਾਂਸ ਵੀ ਕਿਹਾਗਾ। ਇਹਦੇ ਦੁਆਰਾ ਕਈ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਜਾਂਦੇ ਨੇ। ਮੈਨੂੰ ਦੱਸ ਸਕਦਾ ਇੰਟਰਪੋਲ ਦੁਆਰਾ ਰੈੱਡ ਨੋਟਿਸ ਤੇ ਪਰਪਲ ਨੋਟਿਸ ਇਹ ਕਾਹਦੇ ਦੁਆਰਾ ਜਾਰੀ ਕੀਤੇ ਜਾਂਦੇ ਨੇ, ਠੀਕ ਹੈ, ਕਿਹੜੇ ਪਰਪਸ ਦੇ ਲਈ ਇਹ ਦੋ ਨੋਟਿਸ ਜਾਰੀ ਕੀਤੇ ਜਾਂਦੇ ਨੇ, ਮੈਂ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪੜ੍ਹਾ ਚੁੱਕਿਆ। ਅੱਗੇ ਵੱਧਦੇ ਹਾਂ, ਅੱਗੇ ਹੈਗਾ ਜੀ ਏਪੈਕ ਸਮਿਟ, ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ। ਇਹ ਸਮਿਟ ਵੀ ਇਸ ਵਾਰ ਚਿਲੇ ਕੰਟਰੀ ਦੇ ਵਿੱਚ ਹੈਲਡ ਹੋਣਾ ਸੀਗਾ, ਬਟ ਚਿਲੇ ਦੇ ਵਿੱਚ ਤਾਂ ਪ੍ਰੋਟੈਸਟ ਚੱਲ ਰਹੇ ਨੇ, ਸੋ ਇਹ ਸਮਿਟ ਵੀ ਕੈਂਸਲ ਕਰਨਾ ਪੈ ਗਿਆ। ਅਗਲੇ ਸਾਲ ਜਿਹੜਾ ਏਪੈਕ ਦਾ ਸਮਿਟ ਹੋਊਗਾ ਉਹਨੂੰ ਹੋਸਟ ਕਰਵਾਊਗਾ ਜੀ ਮਲੇਸ਼ੀਆ ਕੰਟਰੀ। ਅਗਲਾ ਇੰਪੋਰਟੈਂਟ ਕਾਨਫਰੰਸ ਆਈ ਜੀ ਵਰਲਡ ਐਨਰਜੀ ਕਾਨਫਰੰਸ, ਇਹਦਾ 24ਵਾਂ ਸਮਿਟ ਸੀਗਾ 2019 ਦਾ, ਕਿੱਥੇ ਹੈਲਡ ਹੋਇਆ ਸੀਗਾ, ਅਬੂਧਾਬੀ ਵਿਖੇ, UAE ਵਿਖੇ, ਠੀਕ ਹੈ। ਤੇ UAE ਅਬੂਧਾਬੀ ਵਿਖੇ ਇੱਕ ਇੰਪੋਰਟੈਂਟ ਸੰਸਥਾ ਦਾ ਹੈੱਡਕੁਆਟਰ ਹੈ, ਉਹਦਾ ਨਾਮ ਹੈਗਾ ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਏਜੰਸੀ, ਠੀਕ ਹੈ, IREENA। ਤੇ ਇਹ ਕਾਨਫਰੰਸ ਇੰਪੋਰਟੈਂਟ ਕਿਉਂ ਹੈ, ਕਿਉਂਕਿ ਇਹ 3 ਸਾਲਾਂ ਦੇ ਵਿੱਚ ਇੱਕ ਵਾਰ ਹੁੰਦੀ ਹੈ। ਇਹਦਾ ਥੀਮ ਯਾਦ ਰੱਖਿਓ ਉਹ ਹੈ ਜੀ ਐਨਰਜੀ ਫੋਰ ਪ੍ਰੋਸਪੈਰਿਟੀ। ਅਗਲਾ ਇੰਪੋਰਟੈਂਟ ਸਮਿਟ ਫਸਟ ਐਵਰ ਹੈਲੀਕਾਪਟਰ ਸਮਿਟ ਕਿੱਥੇ ਹੈਲਡ ਹੋਇਆ ਜੀ, ਉੱਤਰਾਖੰਡ ਦੀ ਕੈਪੀਟਲ 13 ਵਿਖੇ। ਥੀਮ ਇਹਦਾ ਹੈਗਾ ਐਕਸਪੈਂਡਿੰਗ ਕਨੈਕਟੀਵਿਟੀ ਥਰੂ ਹੈਲੀਕਾਪਟਰ। ਹੈਲੀਕਾਪਟਰ ਤਾਂ ਮੈਨੂੰ ਯਾਦ ਆ ਗਿਆ, ਇਹ ਦੱਸੋ ਭਾਈ ਆਪਣੇ ਚਿਨੂਕ ਨਾਮ ਦਾ ਇੱਕ ਹੈਲੀਕਾਪਟਰ ਹੈ, ਉਹ ਕਿਹੜੇ ਦੇਸ਼ ਤੋਂ ਆਪਾਂ ਨੇ ਖਰੀਦਿਆ। ਤੇ ਅਗਲਾ ਇੰਪੋਰਟੈਂਟ ਸਮਿਟ ਆ ਗਿਆ ਜੀ 7ਵਾਂ C40 ਵਰਲਡ ਮੇਅਰ ਸਮਿਟ, ਠੀਕ ਹੈ, ਇਹ ਹੈਲਡ ਹੋਇਆ ਜੀ ਡੈਨਮਾਰਕ ਕੰਟਰੀ ਹੈਗੀ, ਜਿਹੜੀ ਕਿ ਹਰ ਸਾਲ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੁਆਰਾ ਇੱਕ ਕਰਪਸ਼ਨ ਦਾ ਇੰਡੈਕਸ ਜਾਰੀ ਕੀਤਾ ਜਾਂਦਾ, ਉਹਦੇ ਵਿੱਚ ਸਭ ਤੋਂ ਟੌਪ ਕਰਦੀ ਹੈ, ਯਾਨੀ ਕਿ ਲੀਸਟ ਕਰਪਟ ਕੰਟਰੀ ਹੈਗੀ ਡੈਨਮਾਰਕ। ਤੇ ਇਹਦੀ ਕੈਪੀਟਲ ਕੋਪਨਹੈਗਨ ਵਿਖੇ ਇਹ ਵਰਲਡ ਮੇਅਰ ਸਮਿਟ ਹੈਲਡ ਹੋਇਆ ਸੀਗਾ। ਬੇਸਿਕਲੀ ਇਹ ਦੁਨੀਆ ਦੇ ਜਿਹੜੇ ਇਹਦੇ C40 ਜਦੋਂ ਇਹ ਗਰੁੱਪਿੰਗ ਬਣੀ ਸੀ ਉਹਦੇ ਦੇ 40 ਮੈਂਬਰ ਸੀ, ਬਟ ਅੱਜ ਦੇ ਸਮੇਂ ਇਹਦੇ ਲਗਭਗ 95-96 ਮੈਂਬਰ ਨੇਗੇ, ਜੋ ਕਿ ਦੁਨੀਆ ਦੇ ਸਭ ਜਿਹੜੇ ਵੱਖ ਵੱਖ ਦੇਸ਼ਾਂ ਦੇ ਵੱਡੇ ਵੱਡੇ ਸ਼ਹਿਰ ਨੇ, ਜਿਵੇਂ ਆਪਣੇ ਇੰਡੀਆ ਦੇ ਸਿਰਫ 2 ਸ਼ਹਿਰ ਆਉਂਦੇ ਨੇ, ਦਿੱਲੀ ਤੇ ਮੁੰਬਈ, ਠੀਕ ਹੈ। ਤੇ ਇਸ ਵਾਰ ਚੇਅਰ ਵੀ ਆਪਣੇ ਦਿੱਲੀ ਕੋਲ ਸੀਗੀ ਇਸ ਸਮਿਟ ਦੀ, ਤੇ ਇਹ ਹੈਲਡ ਹੋਇਆ ਸੀਗਾ ਇਸ ਵਾਰ ਕੋਪਨਹੈਗਨ, ਜੋ ਕਿ ਡੈਨਮਾਰਕ ਦੀ ਕੈਪੀਟਲ ਹੈ। ਮਕਸਦ ਇਹ ਹੈ ਜੀ ਇਹਨਾਂ ਜੇ ਦੇਸ਼ ਜਿਹੜੇ ਆਪਣੇ ਲੈਵਲ ਤੇ ਪੋਲਿਊਸ਼ਨ ਨੂੰ ਘਟਾਉਣ ਦੇ ਯਤਨ ਕਰ ਰਹੇ ਨੇ, ਉਹ ਤਾਂ ਵੱਖਰੀ ਗੱਲ ਹੈ, ਪਰ ਜਿਹੜੇ ਇਹ ਸ਼ਹਿਰ ਨੇ, ਸ਼ਹਿਰ ਆਪਣੇ ਲੈਵਲ ਤੇ ਵੀ ਕੀ ਯੋਗਦਾਨ ਪਾ ਸਕਦੇ ਨੇ, ਉਹਨਾਂ ਨੂੰ ਲੈ ਕੇ ਇਹ ਗਰੁੱਪਿੰਗ ਬਣੀ ਸੀਗੀ। ਤੇ ਇਸ ਵਾਰ ਇੱਕ ਡੈਕਲਾਰੇਸ਼ਨ ਵੀ ਸਾਈਨ ਹੋਈ ਹੈ, ਕਲੀਨ ਏਅਰ ਸਿਟੀ ਡੈਕਲਾਰੇਸ਼ਨ। ਮਕਸਦ ਇਹ ਹੈ ਜੀ ਵੀ ਪੋਲਿਊਸ਼ਨ ਨੂੰ ਘਟਾਉਣਾ, ਤੇ ਇਹ ਜੇ ਟਾਰਗੇਟ ਸੈੱਟ ਕਰਨੇ ਵੀ ਪੋਲਿਊਸ਼ਨ ਨੂੰ 2025 ਤੱਕ ਅਸੀਂ ਘੱਟ ਤੋਂ ਘੱਟ ਕਰ ਸਕੀਏ। ਤੇ ਇਹਦੇ ਵਿੱਚ ਕਲਕੱਤਾ ਨੇ ਇਸ ਵਾਰ ਇੱਕ ਗ੍ਰੀਨ ਮੋਬਿਲਿਟੀ ਅਵਾਰਡ ਵੀ ਜਿੱਤਿਆ ਸੀਗਾ ਇਸ ਸਮਿਟ ਦੇ ਵਿੱਚ। ਅਗਲੀ ਇੰਪੋਰਟੈਂਟ ਮੀਟਿੰਗ ਆ ਗਈ ਜੀ RCEP ਦੀ, ਇੰਟਰਸੈਸ਼ਨਲ ਮਿਨਿਸਟਰੀਅਲ ਮੀਟਿੰਗ, 9ਵਾਂ ਸੈਸ਼ਨ ਸੀਗਾ। ਇਹ ਮਿਨਿਸਟਰੀਅਲ ਮੀਟਿੰਗ ਹੈਗੀ, RCEP ਦੀ ਮੀਟਿੰਗ ਨਹੀਂ ਹੈਗੀ, ਇਕੱਲੀ ਮਿਨਿਸਟਰੀਅਲ ਮੀਟਿੰਗ ਹੈ। ਇਹ ਹੈਲਡ ਹੋਈ ਜੀ ਥਾਈਲੈਂਡ ਦੀ ਕੈਪੀਟਲ ਬੈਂਕਾਕ ਵਿਖੇ, ਤੇ ਆਪਣੇ ਜਿਹੜੇ ਕਮਰਸ ਮਿਨਿਸਟਰ ਨੇ ਪਿਊਸ਼ ਗੋਇਲ ਜੀ, ਉਹਨਾਂ ਨੇ ਇੰਡੀਆ ਨੂੰ ਰੀਪ੍ਰੈਜੈਂਟ ਕੀਤਾ। ਤੇ ਇਸ ਤੋਂ ਇਲਾਵਾ ਬੈਂਕਾਕ ਥਾਈਲੈਂਡ ਵਿਖੇ 3 ਬਹੁਤ ਇੰਪੋਰਟੈਂਟ ਸਮਿਟ ਹੈਲਡ ਹੋ ਕੇ ਹਟੇ ਨੇ। ਇੱਕ ਤਾਂ ਜੀ 35ਵਾਂ ਆਸੀਅਨ ਸਮਿਟ, ਇਹਦਾ ਥੀਮ ਯਾਦ ਰੱਖਿਓ ਐਡਵਾਂਸਿੰਗ ਪਾਰਟਨਰਸ਼ਿਪ ਫੋਰ ਸਸਟੇਨੇਬਿਲਿਟੀ। ਤੀਸਰਾ RCEP ਸਮਿਟ ਜਿਹਨੂੰ ਇੰਡੀਆ ਨੇ ਜੁਆਇਨ ਕਰਨ ਤੋਂ ਜਵਾਬ ਦਿੱਤਾ, ਤੇ ਨਾਲ ਹੀ ਜਪਾਨ ਕੰਟਰੀ ਨੇ ਵੀ ਜਵਾਬ ਦਿੱਤਾ ਵੀ ਅਸੀਂ ਵੀ RCEP ਨੂੰ ਜੁਆਇਨ ਕਰਦੇ, ਜਿੰਨਾ ਚਿਰ ਇੰਡੀਆ ਦੇ ਤੁਸੀਂ ਜਿਹੜੇ ਕੰਸਰਨ ਨੇ ਉਹਨਾਂ ਨੂੰ ਤੁਸੀਂ ਸੀਰੀਅਸ ਨਹੀਂ ਲੈਂਦੇ। ਤੇ 14ਵਾਂ ਈਸਟ ਏਸ਼ੀਆ ਸਮਿਟ, ਇਹ 3 ਸਮਿਟ ਬੈਂਕਾਕ ਵਿਖੇ ਹੈਲਡ ਹੋਏ ਨੇਗੇ, ਤੇ ਮੋਦੀ ਸਾਹਿਬ ਨੇ ਇਹ 3 ਸਮਿਟ ਅਟੈਂਡ ਕੀਤੇ ਸੀਗੇ। ਉਸ ਤੋਂ ਇਲਾਵਾ ਦੂਸਰਾ, ਇਹ ਕੁਸਚਨ ਪੱਕਾ ਹੋਊਗਾ ਪੇਪਰ 'ਚ, ਇੰਡੀਆ ਤੇ ਚਾਈਨਾ ਦਾ ਦੂਸਰਾ ਇਨਫੋਰਮਲ ਸਮਿਟ ਕਿੱਥੇ ਹੈਲਡ ਹੋਇਆ, ਤਾਮਿਲਨਾਡੂ ਦੇ ਸ਼ਹਿਰ ਮਮੱਲਾਪੁਰਮ ਵਿਖੇ, ਇਹਨੂੰ ਮਹਾਬਲੀਪੁਰਮ ਵੀ ਕਿਹਾ ਜਾਂਦਾ, ਠੀਕ ਹੈ, ਵੀ ਪੁਰਾਣੇ ਸਮੇਂ ਦੇ ਵਿੱਚ ਇਹਦਾ ਸ਼ਹਿਰ ਦਾ ਨਾਮ ਮਹਾਬਲੀਪੁਰਮ ਹੁੰਦਾ ਸੀ। ਤੇ ਪਹਿਲਾ ਜਿਹੜਾ ਸਮਿਟ ਸੀਗਾ ਉਹ ਪਿਛਲੇ ਸਾਲ 2018 ਦੇ ਵਿੱਚ ਚਾਈਨਾ ਦੇ ਸ਼ਹਿਰ ਵੁਹਾਨ ਵਿਖੇ ਹੋਇਆ ਸੀਗਾ। ਇਹ ਕੁਸਚਨ PPSC ਨੇ ਕੋਆਪਰੇਟਿਵ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜੀ। ਅੱਗੇ ਆ ਗਿਆ ਜੀ ਫਸਟ ਨੈਸ਼ਨਲ ਹਿੰਦੀ ਸਾਇੰਸ ਰਾਈਟਰਸ ਕਾਨਫਰੰਸ, ਇਹ ਹੋਲਡ ਹੋਈ ਹੈ ਜੀ ਲਖਨਊ ਵਿਖੇ, UP ਵਿਖੇ। ਤੇ ਅਗਲੀ ਇੰਪੋਰਟੈਂਟ ਕਾਨਫਰੰਸ ਯੂਨਾਈਟਡ ਨੇਸ਼ਨ ਦੀ ਕਾਨਫਰੰਸ ਹੈ ਡਰੱਗਸ ਤੇ HIV/AIDS ਨੂੰ ਲੈ ਕੇ, ਇਹ ਹੋਸਟ ਹੋਈ ਸੀਗੀ ਮਣੀਪੁਰ ਵਿਖੇ, ਠੀਕ ਹੈ। ਬੇਸਿਕਲੀ ਡਿਸਕਸ ਕਰਿਆ ਗਿਆ ਵੀ ਕਿਵੇਂ ਅਸੀਂ ਜਿਹੜੀ ਇਹ ਡਰੱਗਸ ਨਸ਼ਿਆਂ ਦੀ ਸਮੱਸਿਆ ਇਹਨੂੰ ਟੈਕਲ ਕਰ ਸਕਦੇ ਹਾਂ, ਤੇ HIV/AIDS ਦੇ ਜਿਹੜੇ ਇਹ ਬਿਮਾਰੀਆਂ ਨੇ ਇਹਨਾਂ ਨੂੰ ਕਿਵੇਂ ਕੰਟਰੋਲ 'ਚ ਕਰ ਸਕਦੇ ਹਾਂ। ਤੇ ਆਪਣੇ ਇੰਡੀਆ ਦੇ ਜਿਹੜੇ ਮਿਜ਼ੋਰਮ ਸਟੇਟ ਹੈਗੀ ਉਹਦੇ ਵਿੱਚ ਸਭ ਤੋਂ ਜ਼ਿਆਦਾ HIV/AIDS ਪੀੜਿਤ ਲੋਕ ਨੇ, ਇਹ ਵੀ ਕੁਸਚਨ ਤੁਹਾਡੇ ਤੋਂ ਪੁੱਛਿਆ ਸਕਦਾ। ਅਗਲੀ ਇੰਪੋਰਟੈਂਟ ਕਾਨਫਰੰਸ 4ਵੀਂ ਇੰਡੀਅਨ ਓਸ਼ਨ ਕਾਨਫਰੰਸ, ਇਹ ਮਾਲਦੀਵਸ ਦੀ ਕੈਪੀਟਲ ਮਾਲੇ ਵਿਖੇ ਹੈਲਡ ਹੋਈ ਹੈ। ਆਪਣੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇਗੇ SJYSHANKAR ਜੀ, ਉਹਨਾਂ ਨੇ ਰੀਪ੍ਰੈਜੈਂਟ ਕਰਿਆ ਸੀ ਇੰਡੀਆ ਨੂੰ ਇਸ ਕਾਨਫਰੰਸ ਦੇ ਵਿੱਚ। ਥੀਮ ਇਹਦਾ ਪੜ੍ਹ ਲਿਓ ਜੀ, ਸਿਕਿਉਰਿੰਗ ਦਾ ਇੰਡੀਅਨ ਓਸ਼ਨ ਰੀਜਨ, ਟ੍ਰੈਡੀਸ਼ਨਲ ਐਂਡ ਨੋਨ ਟ੍ਰੈਡੀਸ਼ਨਲ ਚੈਲੰਜਸ। ਅਗਲੀ ਦੋ ਸਭ ਤੋਂ ਇੰਪੋਰਟੈਂਟ ਕਾਨਫਰੰਸ ਨੇ, ਪਹਿਲੀ ਹੈ ਜੀ ਯੂਨਾਈਟਡ ਨੇਸ਼ਨ ਕਾਨਫਰੰਸ ਟੂ ਕੰਬੈਟ
ਡੈਡ ਡੈਜ਼ਰਟੀਫਿਕੇਸ਼ਨ, ਠੀਕ ਹੈ, ਯਾਨੀ ਕਿ ਜਿਹੜਾ ਮਾਰੂਥਲ ਰੇਗਿਸਤਾਨ ਮਤਲਬ ਮਾਰੂਥਲਕਰਨ ਵੱਧ ਰਿਹਾ ਹੈਗਾ, ਇਹਨੂੰ ਕਿਵੇਂ ਰੋਕਿਆ ਜਾ ਸਕੇ, ਇਹਦੇ ਲਈ ਇਹ 1994 ਦੇ ਵਿੱਚ ਇਹ ਬਣਾਈ ਗਈ ਸੀਗੀ। ਇਹ ਜਿਹੜੀ UNCCD ਦੀ ਇਹ ਕਾਨਫਰੰਸ ਸੀਗੀ, ਠੀਕ ਹੈ, ਇਹ ਲੀਗਲੀ ਬਾਈਂਡਿੰਗ ਹੈਗੀ, ਇੱਕ ਗੱਲ ਇਹ ਤੁਸੀਂ ਯਾਦ ਰੱਖਿਓ। ਤੇ ਇਹਦੀ ਵੀ ਮੀਟਿੰਗ ਹੁੰਦੀ ਹੈ ਜੀ, ਉਹਨੂੰ ਕਿਹਾ ਜਾਂਦਾ ਕਾਨਫਰੰਸ ਆਫ ਪਾਰਟੀਜ਼। ਇਹਦੀ ਇਸ ਵਾਰ ਜਿਹੜੀ 14ਵੀਂ ਮੀਟਿੰਗ ਸੀ ਉਹ ਹੈਲਡ ਹੋਈ ਹੈ ਜੀ ਗ੍ਰੇਟਰ ਨੋਇਡਾ UP ਵਿਖੇ, ਠੀਕ ਹੈ, ਗ੍ਰੇਟਰ ਨੋਇਡਾ UP ਚ ਆਉਂਦਾ, ਠੀਕ ਹੈ, ਇਹ ਗੱਲ ਯਾਦ ਰੱਖਿਓ। ਤੇ ਇੰਡੀਆ ਨੇ ਇਹ ਵੀ ਕਿਹਾ ਜੀ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 2030 ਤੱਕ 26 ਮਿਲੀਅਨ ਹੈਕਟੇਅਰ ਜਿਹੜੀ ਸਾਡੀ ਡੀਗ੍ਰੇਡਿਡ ਲੈਂਡ ਹੈ ਉਹਨੂੰ ਅਸੀਂ ਕੰਮ ਚ ਲਾਵਾਂਗੇ, ਠੀਕ ਹੈ, ਉਹਨੂੰ ਬਚਾਵਾਂਗੇ। ਤੇ ਉਸ ਤੋਂ ਇਲਾਵਾ ਇੰਪੋਰਟੈਂਟ ਇੱਕ ਹੋਰ ਕਾਨਫਰੰਸ ਹੈ, ਉਹ ਹੈ ਜੀ ਬੌਨ ਕਨਵੈਨਸ਼ਨ ਦੀ ਮੀਟਿੰਗ, ਜਿਹਨੂੰ ਇਹ ਵੀ ਕਹਿੰਦਾ ਯੂਨਾਈਟਿਡ ਨੇਸ਼ਨ ਕਾਨਫਰੰਸ ਟੂ ਫੋਰ ਕੰਜ਼ਰਵੇਸ਼ਨ ਆਫ ਮਾਈਗ੍ਰੇਟਰੀ ਸਪੀਸੀਜ਼। ਬੌਨ ਕਨਵੈਨਸ਼ਨ ਕਿਹੜੇ ਸਾਲ 'ਚ ਸਾਈਨ ਹੋਈ ਸੀ ਤੁਸੀਂ ਮੈਨੂੰ ਦੱਸ ਸਕਦੇ? ਤੇ ਇਹਦੀ 13ਵੀਂ ਮੀਟਿੰਗ ਅਗਲੇ ਸਾਲ 2020 'ਚ ਆਪਣੇ ਇੰਡੀਆ ਦੇ ਵਿੱਚ ਹੋਸਟ ਕਰਵਾਈ ਜਾਊ, ਕਿੱਥੇ, ਗੁਜਰਾਤ ਦੇ ਗਾਂਧੀ ਨਗਰ ਵਿਖੇ। ਤੇ ਇਹਦਾ ਮਾਸਕੋਟ ਰੱਖਿਆ ਜੀ ਗ੍ਰੇਟ ਇੰਡੀਅਨ ਬਸਟਰ ਨੂੰ, ਇਹਦਾ IUCN ਸਟੇਟਸ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ, ਕਿਉਂਕਿ ਇਹ ਜਿਹੜਾ ਪੰਛੀ ਹੈ ਇਹ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਹੈ। 150 ਰਹਿ ਗਏ ਬਸ, ਇਹ ਖਤਮ ਹੋਣ ਵਾਲੀ ਨੇ, ਤਾਂ ਕਰਕੇ ਪੇਪਰ ਦੇ ਲਈ ਇਹ ਪੱਕਾ ਸਵਾਲ ਬਣ ਗਿਆ। ਤੇ ਇਹ ਇੰਪੋਰਟੈਂਟ ਮੀਟਿੰਗ ਤਾਂ ਹੈ ਕਿਉਂਕਿ ਇਹਦੀ ਮੀਟਿੰਗ 2 ਸਾਲ ਦੇ ਵਿੱਚ ਇੱਕ ਵਾਰ ਹੁੰਦੀ ਹੈ। ਅਗਲਾ ਇੰਪੋਰਟੈਂਟ ਸਮਿਟ ਹੈ ਜੀ G7 ਦਾ ਸਮਿਟ, 45ਵਾਂ ਇਹਦਾ ਇਸ ਵਾਰ ਸਮਿਟ ਸੀਗਾ, ਕਿੱਥੇ ਹੈਲਡ ਹੋਇਆ ਸੀ, ਫਰਾਂਸ ਦੇ ਸ਼ਹਿਰ ਬਿਆਰਿਟਸ ਵਿਖੇ। ਹੁਣ G7 ਕਦੋਂ ਬਣਿਆ ਸੀਗਾ, ਕਾਹਦੇ ਵਾਸਤੇ ਬਣਾਇਆ ਗਿਆ ਸੀ, ਉਹਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਮੈਂ ਉਸ ਵੀਡੀਓ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦੂੰਗਾ, ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਇੰਡੀਆ ਨੂੰ ਇਸ ਵਾਰ G7 ਦੇ ਵਿੱਚ ਐਜ਼ ਏ ਗੈਸਟ ਕੰਟਰੀ ਬੁਲਾਇਆ ਗਿਆ ਸੀਗਾ। ਤੇ ਉਸ ਤੋਂ ਇਲਾਵਾ ਅਗਲਾ ਸਮਿਟ G7 ਦਾ 46th ਸਮਿਟ ਕਿੱਥੇ ਹੋਸਟ ਕਰਵਾਇਆ ਜਾਊਗਾ, ਉਹ USA ਦੇ ਸ਼ਹਿਰ ਫਲੋਰੀਡਾ ਵਿਖੇ ਹੋਸਟ ਕਰਵਾਇਆ ਜਾਊਗਾ। ਅਗਲੀ ਸਾਈਟਸ ਦੀ ਇੰਪੋਰਟੈਂਟ ਜਿਹੜੀ ਸੰਸਥਾ ਹੈਗੀ ਕਨਵੈਨਸ਼ਨ ਹੈਗੀ, ਕਨਵੈਨਸ਼ਨ ਆਫ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਸਪੀਸੀਜ਼ ਆਫ ਫਲੋਰਾ ਐਂਡ ਫੌਨਾ, ਇਹ ਇਹਦੀ ਫੁੱਲ ਫਾਰਮ ਹੈਗੀ। ਬੇਸਿਕਲ ਜਿਹੜੇ ਇੰਡੇਂਜਰਡ ਪਲਾਂਟ ਤੇ ਐਨੀਮਲ ਸਪੀਸੀ ਨੇ ਇਹਨਾਂ ਦਾ ਇੰਟਰਨੈਸ਼ਨਲ ਗਲਤ ਤਰੀਕੇ ਨਾਲ ਟ੍ਰੇਡ ਨਾ ਕੀਤਾ ਜਾ ਸਕੇ ਉਹਨੂੰ ਰੋਕਣ ਦੇ ਲਈ ਇਹ ਸਾਈਟਸ ਕਨਵੈਨਸ਼ਨ ਸਾਈਨ ਕੀਤੀ ਗਈ ਸੀ 1973 ਦੇ ਵਿੱਚ, ਤੇ 1975 'ਚ ਇਹ ਲਾਗੂ ਦੇ ਵਿੱਚ ਆ ਗਈ ਸੀ। ਇਹਦੀ 18ਵੀਂ ਮੀਟਿੰਗ ਇਸ ਵਾਰ ਹੈਲਡ ਹੋਈ ਹੈ ਜੀ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ। ਤੇ ਅਗਲੀ ਇੰਪੋਰਟੈਂਟ ਮੀਟਿੰਗ ਆ ਗਈ ਜੀ 33ਵਾਂ ਐਡੀਸ਼ਨ ਇੰਡੀਆ ਇਕਨੋਮਿਕ ਫੋਰਮ ਦਾ, ਵਰਲਡ ਇਕਨੋਮਿਕ ਫੋਰਮ ਨੇ ਕਰਵਾਇਆ ਸੀਗਾ, ਕਿੱਥੇ, ਨਿਊ ਦਿੱਲੀ ਵਿਖੇ। ਤੇ ਇਹਨੂੰ ਕੋ ਚੇਅਰ ਕੀਤਾ ਸੀਗਾ ਆਪਣੇ ਸ਼ੇਖ ਹਸੀਨਾ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ, ਇਹਨਾਂ ਦੀ ਪਾਰਟੀ ਦਾ ਨਾਮ ਯਾਦ ਰੱਖਿਓ ਅਵਾਮੀ ਲੀਗ, ਠੀਕ ਹੈ। ਤੇ ਸਾਨੀਆ ਮਿਰਜ਼ਾ ਨੇ ਇਸ ਦੇ ਵਿੱਚ UN ਵੂਮੈਨ ਨੂੰ ਰੀਪ੍ਰੈਜੈਂਟ ਕੀਤਾ ਸੀ। ਅਗਲੀ ਪਹਿਲੀ ਯੂਥ ਕਾਨਫਰੰਸ ਔਨ ਕਾਇੰਡਨੈਸ ਇਹ ਹੋਸਟ ਕਰਵਾਈ ਗਈ ਸੀਗੀ ਵਿਗਿਆਨ ਭਵਨ, ਜੋ ਕਿ ਨਵੀਂ ਦਿੱਲੀ ਵਿਖੇ ਹੈ, ਇਹਨੂੰ ਵੀ ਯੂਨੈਸਕੋ ਦੁਆਰਾ ਹੋਸਟ ਕਰਵਾਇਆ ਗਿਆ ਸੀਗਾ। ਤੇ ਅਗਲੀ ਚੌਥੀ DRDO ਡਾਇਰੈਕਟਰ ਕਾਨਫਰੰਸ ਇਹ ਹੋਸਟ ਕਰਵਾਈ ਗਈ ਸੀ ਨਵੀਂ ਦਿੱਲੀ ਵਿਖੇ। DRDO ਡੇ ਪੁੱਛਿਆ ਨੇ ਤੁਹਾਡੇ ਤੋਂ, ਉਹ ਹੁੰਦਾ ਜੀ 1 ਜਨਵਰੀ ਨੂੰ, ਠੀਕ ਹੈ। DRDO ਦੀ ਸਥਾਪਨਾ ਕਿੱਥੇ ਹੋਈ ਸੀ ਤੇ DRDO ਦਾ ਹੈਡਕੁਆਟਰ ਕਿੱਥੇ ਹੈ ਕਮੈਂਟ ਬਾਕਸ ਦੇ ਵਿੱਚ ਲਿਖੋ। ਤੇ DRDO ਦੇ ਜਿਹੜੇ ਮੌਜੂਦਾ ਡਾਇਰੈਕਟਰ ਨੇ ਗੇ, ਚੇਅਰਮੈਨ ਨੇ, ਉਹਨਾਂ ਦਾ ਨਾਮ ਹੈਗਾ ਜੀ G Satish ਰੈਡੀ। ਅਗਲੀ 12ਵੀਂ ਇੰਡੀਆ ਸਿਕਿਉਰਿਟੀ ਸਮਿਟ ਇਹ ਨਿਊ ਦਿੱਲੀ ਵਿਖੇ ਹੈਲਡ ਕਰਵਾਈ ਗਈ ਹੈ। ਥੀਮ ਇਹਦਾ ਹੈਗਾ ਜੀ ਟੁਵਾਰਡਸ ਨਿਊ ਨੈਸ਼ਨਲ ਸਾਈਬਰ ਸਿਕਿਉਰਿਟੀ ਸਟ੍ਰੈਟਜੀ। ਅੱਗੇ ਹੈਗਾ ਜੀ ਵਰਲਡ ਐਜੂਕੇਸ਼ਨ ਸਮਿਟ 2019 ਦਾ, ਨਵੀਂ ਦਿੱਲੀ ਵਿਖੇ ਹੈਲਡ ਕਰਵਾਇਆ ਗਿਆ। ਤੇ ਇਹਦੇ ਵਿੱਚ ਰਾਜਸਥਾਨ ਸਟੇਟ ਨੂੰ ਬੈਸਟ ਇਨੋਵੇਸ਼ਨ ਐਂਡ ਇਨੀਸ਼ੀਏਟਿਵ ਲੀਡਰਸ਼ਿਪ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ, ਕਿਉਂਕਿ ਇਹ ਸਟੇਟ ਨੇ ਹਾਇਰ ਐਜੂਕੇਸ਼ਨ ਦੇ ਪ੍ਰਮੋਸ਼ਨ ਦੇ ਲਈ ਕਾਫੀ ਵੱਧ ਚੜ ਕੇ ਯੋਗਦਾਨ ਨਿਭਾਇਆ। ਅੱਛਾ ਇੱਕ ਗੱਲ ਤੁਹਾਨੂੰ ਮੈਂ ਦੱਸਦਾ, ਦੇਖੋ ਕੋਈ ਵੀ ਕਾਨਫਰੰਸ ਤੁਹਾਡੇ ਤੋਂ ਫਰਜ਼ ਕਰੋ ਪੇਪਰ ਦੇ ਵਿੱਚ ਪੁੱਛ ਲਈ, ਤੇ ਉਹਦੇ ਵਿੱਚ ਜੇ ਆਪਸ਼ਨਾਂ ਦੇਖ ਲਓ ਤੁਸੀਂ ਤਾਂ ਉਹ ਸਾਰੀਆਂ ਇੰਡੀਆ ਦੀਆਂ ਸਟੇਟਾਂ ਨੇ, ਤਾਂ ਇੱਥੇ ਤੁਸੀਂ ਕੀ ਅੰਦਾਜ਼ਾ ਲਾਉਣਾ ਜੇ ਤੁਹਾਨੂੰ ਆਨਸਰ ਨਹੀਂ ਆਉਣਾ। ਫਰਜ਼ ਕਰੋ ਕੋਈ ਵੀ ਕਾਨਫਰੰਸ ਹੈਗੀ, ਜਿਵੇਂ ਆਹੀ ਲਾ ਲਓ ਵਰਲਡ ਐਜੂਕੇਸ਼ਨ ਸਮਿਟ, ਇਹਦੇ 4 ਆਪਸ਼ਨਾਂ ਦੇ ਵਿੱਚ ਤੁਹਾਨੂੰ ਨਵੀਂ ਦਿੱਲੀ ਦੇਤਾ, 1 'ਚ ਮੁੰਬਈ ਦੇਤਾ, ਕਿਸੇ 'ਚ ਕਲਕੱਤਾ ਦੇਤਾ ਜਾਂ ਲਖਨਊ, ਇਹ 4 ਸ਼ਹਿਰ ਦੇਤੇ। ਹੁਣ ਤੁਹਾਨੂੰ ਪਤਾ ਨਹੀਂ ਇਹਦਾ ਆਨਸਰ ਕੀ ਹੈ, ਤਾਂ ਦੇਖੋ ਜੇ ਤਾਂ ਪੇਪਰ 'ਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ, ਫਿਰ ਤਾਂ ਅੱਖਾਂ ਮੀਚ ਕੇ ਉਹਦਾ ਆਨਸਰ ਦਿੱਲੀ 'ਤੇ ਕਲਿੱਕ ਕਰ ਲਿਓ, ਕਿਉਂਕਿ ਇੰਡੀਆ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਕਾਨਫਰੰਸ ਮੀਟਿੰਗਸ ਹੁੰਦੀਆਂ ਨੇ 90-95% ਤੱਕ ਉਹਦਾ ਜ਼ਿਆਦਾਤਰ ਆਨਸਰ ਨਵੀਂ ਦਿੱਲੀ ਹੁੰਦਾ। ਜੇ ਪੇਪਰ 'ਚ ਨੈਗੇਟਿਵ ਮਾਰਕਿੰਗ ਹੈ ਫਿਰ ਭਾਈ ਰਿਸਕ ਨਾ ਲਓ, ਇਹ ਗੱਲ ਤੁਸੀਂ ਯਾਦ ਰੱਖਿਓ। ਅੱਗੇ ਹੈਗਾ ਜੀ 22nd ਨੈਸ਼ਨਲ ਈ ਗਵਰਨੈਂਸ ਕਾਨਫਰੰਸ, ਇਹ ਹੋਸਟ ਹੋਈ ਹੈ ਜੀ ਮੇਘਾਲਿਆ ਵਿਖੇ। ਥੀਮ ਇਹਦਾ ਹੈਗਾ ਜੀ ਡਿਜੀਟਲ ਇੰਡੀਆ ਸਕਸੈਸ ਟੂ ਐਕਸੀਲੈਂਸ। ਅੱਗੇ 3ਰਾ ਐਡੀਸ਼ਨ ਖੇਲੋ ਇੰਡੀਆ ਯੂਥ ਗੇਮ ਦਾ, 14-18 ਸਾਲ ਦੇ ਜਵਾਕਾਂ ਦੀਆਂ ਇਹ ਖੇਡਾਂ ਹੁੰਦੀਆਂ ਨੇਗੀਆਂ। ਪਹਿਲਾ ਐਡੀਸ਼ਨ ਇਹਦਾ ਦਿੱਲੀ ਵਿਖੇ ਹੋਇਆ ਸੀ, ਦੂਸਰਾ ਇਹਦਾ ਪੁਣੇ ਮਹਾਰਾਸ਼ਟਰਾ ਵਿਖੇ ਹੋਇਆ ਸੀ, ਤੇ ਤੀਸਰਾ ਇਹਦਾ ਹੋਸਟ ਹੋਣ ਜਾ ਰਿਹਾ ਹੈ ਜੀ ਗੁਹਾਟੀ ਅਸਾਮ ਵਿਖੇ। ਅੱਗੇ 3ਰੀ ਗਲੋਬਲ ਆਯੁਰਵੇਦਾ ਸਮਿਟ, ਇਹ ਹਰੇਕ ਸਾਲ ਕੇਰਲਾ 'ਚ ਹੁੰਦੇ ਜੀ, ਤੇ 3ਰਾ ਐਡੀਸ਼ਨ ਇਹਦਾ ਇਸ ਵਾਰ ਹੋਇਆ ਜੀ ਕੋਚੀ ਵਿਖੇ। ਥੀਮ ਇਹਦਾ ਹੈਗਾ ਜੀ ਮੇਨ ਸਟ੍ਰੀਮਿੰਗ ਆਯੁਰਵੇਦਾ ਸਟਾਰਟਅਪਸ ਇਨੋਵੇਸ਼ਨ ਐਂਡ ਬ੍ਰੈਂਡਿੰਗ। ਮਕਸਦ ਇਹ ਹੈ ਜਿਹੜੀ ਆਯੁਰਵੇਦਾ ਜਿਹੜੀ ਇਹ ਹੈਗੀ, ਇਹ ਆਯੁਰਵੇਦਾ ਗਿਆਨ ਹੈ, ਇਹਨੂੰ ਹੋਰ ਜ਼ਿਆਦਾ ਸਪਰੈਡ ਕਰਿਆ ਜਾ ਸਕੇ, ਠੀਕ ਹੈ, ਆਯੁਰਵੇਦਿਕ ਦਵਾਈਆਂ ਨੂੰ ਪ੍ਰਮੋਟ ਕਰਿਆ ਜਾ ਸਕੇ, ਇਹ ਮਕਸਦ ਹੁੰਦਾ ਜੀ ਇਸ ਸਮਿਟ ਨੂੰ ਔਰਗਨਾਈਜ਼ ਕਰਵਾਉਣ ਦਾ। ਤੇ ਨੋਟ ਕਰਨ ਵਾਲੀ ਗੱਲ ਇਹ ਹੈ ਕੇਰਲਾ ਦੇ ਕੋਚੀ ਵਿਖੇ ਹੀ ਇੰਡੀਆ ਦੀ ਲਾਰਜੈਸਟ ਵੂਮੈਨ ਸਟਾਰਟਅਪ ਸਮਿਟ ਵੀ ਹੈਲਡ ਹੋਈ ਸੀ ਥੋੜ੍ਹੇ ਸਮੇਂ ਪਹਿਲਾਂ।
ਅੱਗੇ ਆ ਗਏ ਜੀ। ਸ਼ਾਂਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਇਸ ਵਾਰ ਹੋਸਟ ਕਰਵਾਈ ਗਈ ਸੀਗੀ ਬਿਸ਼ਕੇਕ ਵਿਖੇ, ਜੋ ਕਿ ਕਿਰਗਿਸਤਾਨ ਸੈਂਟਰਲ ਏਸ਼ੀਅਨ ਨੇਸ਼ਨ ਹੈ, ਇਹਦੀ ਕੈਪੀਟਲ ਹੈਗੀ। ਤੇ ਇੱਥੇ ਜਿਹੜੀ ਕਿਰਗਿਸਤਾਨ ਦੇ ਜਿਹੜੇ ਰਾਸ਼ਟਰਪਤੀ ਨੇ, ਇਹਨਾਂ ਨੇ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਰਡਰ ਆਫ ਮਾਨਸ, ਜੋ ਕਿ ਇਸ ਦੇਸ਼ ਦਾ ਹਾਈਐਸਟ ਆਨਰ ਹੈਗਾ, ਉਹਦੇ ਨਾਲ ਸਨਮਾਨਿਤ ਕੀਤਾ ਸੀ। ਅੱਗੇ ਹੈਗਾ ਜੀ 14ਵਾਂ ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ OIC, ਇਹਦਾ ਹੈੱਡਕੁਆਰਟਰ ਦੱਸੋ ਮੈਨੂੰ ਕਿੱਥੇ ਹੈ ਭਾਈ। ਤੇ ਉਸ ਤੋਂ ਇਲਾਵਾ ਬਸ ਇੰਨਾ ਹੀ ਦੱਸ ਦਿਓ। ਤੇ ਇਹਦੀ ਮੀਟਿੰਗ ਜਿਹੜੀ 14ਵੀਂ ਮੀਟਿੰਗ ਹੋਈ ਹੈ ਜੀ, ਉਹ ਹੈਲਡ ਹੋਈ ਹੈ ਜੀ ਸਾਊਦੀ ਅਰੇਬੀਆ ਦੇ ਸ਼ਹਿਰ ਮੱਕਾ ਵਿਖੇ। ਇੰਪੋਰਟੈਂਟ ਕਿਉਂ ਹੈ? ਕਿਉਂਕਿ 3 ਸਾਲ ਦੇ ਵਿੱਚ ਇੱਕ ਵਾਰ ਹੁੰਦੀ ਹੈ। ਨੋਟ ਕਰਨ ਵਾਲੀ ਗੱਲ ਇਹ ਹੈ, ਇਹਨੂੰ ਤੁਸੀਂ OIC ਦੀ ਫੋਰਨ ਮਿਨਿਸਟਰ ਮੀਟਿੰਗ ਦੇ ਨਾਲ ਕਨਫਿਊਜ਼ ਨਾ ਕਰਿਓ। ਉਹਦਾ 46th ਸੈਸ਼ਨ ਇਸ ਵਾਰ ਹੀ ਹੈਲਡ ਹੋਇਆ ਸੀਗਾ ਅਬੂ ਧਾਬੀ ਵਿਖੇ, UAE ਦੇ ਵਿਖੇ, ਠੀਕ ਹੈ। ਤੇ ਉਹਦੇ ਵਿੱਚ ਇੰਡੀਆ ਨੂੰ ਐਜ਼ ਏ ਗੈਸਟ ਬੁਲਾਇਆ ਗਿਆ ਸੀਗਾ। ਪਹਿਲੀ ਵਾਰ 50 ਸਾਲਾਂ ਬਾਅਦ ਪਹਿਲੀ ਵਾਰ ਇੰਡੀਆ ਨੂੰ ਗੈਸਟ ਬੁਲਾਇਆ ਗਿਆ ਸੀਗਾ OIC ਦੀ ਮੀਟਿੰਗ ਦੇ ਵਿੱਚ, OIC ਦੀ ਫੋਰਨ ਮਿਨਿਸਟਰ ਮੀਟਿੰਗ ਦੇ ਵਿੱਚ। ਤੇ ਆਪਣੇ ਇੰਡੀਆ ਵੱਲੋਂ ਕੌਣ ਗਿਆ ਸੀਗਾ? ਸੁਸ਼ਮਾ ਸਵਰਾਜ ਜੀ, ਜਿਹੜੇ ਉਸ ਸਮੇਂ ਪਿਛਲੀ ਸਰਕਾਰ ਦੇ ਵਿੱਚ ਐਕਸਟਰਨਲ ਅਫੇਅਰਸ ਮਿਨਿਸਟਰ ਹੁੰਦੇ ਸੀਗੇ। ਫਿਲਹਾਲ ਦੀ ਘੜੀ ਤੋਂ ਆਪਣੇ 'ਚ ਹੈ ਨਹੀਂ, ਇਹ ਥੋੜੇ ਮਹੀਨੇ ਪਹਿਲਾਂ ਹੀ ਉਹ ਅਕਾਲ ਚਲਾਣਾ ਕਰ ਗਏ ਸੀ। ਤੇ ਲਾਸਟ ਸਮਿਟ ਆ ਗਿਆ ਜੀ, ਦੂਸਰਾ ਗਲੋਬਲ ਡਿਸਅਬਿਲਿਟੀ ਸਮਿਟ, ਇਹ ਹੈਲਡ ਹੋਇਆ ਜੀ ਬਿਊਨਸ ਆਇਰਸ ਅਰਜਨਟੀਨਾ ਵਿਖੇ। ਇੱਥੇ 2018 ਦੇ ਵਿੱਚ ਅਰਜਨਟੀਨਾ ਜਿਹੜਾ ਸ਼ਹਿਰ ਹੈ ਬਿਊਨਸ ਆਇਰਸ, ਇੱਥੇ G20 ਦਾ ਸਮਿਟ ਹੈਲਡ ਹੋਇਆ ਸੀ। ਤੇ ਪਹਿਲਾ ਗਲੋਬਲ ਡਿਸਅਬਿਲਿਟੀ ਸਮਿਟ ਇਹ ਹੋਇਆ ਸੀਗਾ ਹੋਸਟਡ, ਇਹ ਲੰਡਨ ਵਿਖੇ ਹੋਸਟ ਹੋਇਆ ਸੀ। ਬੇਸਿਕਲੀ ਜਿਹੜੇ ਲੋਕ ਫਿਜ਼ੀਕਲੀ ਡਿਸਏਬਲ ਨੇਗੇ, ਉਹਨਾਂ ਲੋਕਾਂ ਦੀ ਲਾਈਫ ਸਟਾਈਲ ਕਿਵੇਂ ਵਧੀਆ ਕੀਤੀ ਜਾ ਸਕੇ, ਤੇ ਉਹਨਾਂ ਸਾਰਿਆਂ ਦੇ ਲਈ ਇੱਥੇ ਡਿਸਕਸ਼ਨ ਕੀਤੀ ਜਾਂਦੀ ਹੈ ਤੇ ਨਵੇਂ ਉਪਰਾਲੇ ਕੱਢੇ ਜਾਂਦੇ ਨੇ। ਸੋ ਇਹ ਸੀ ਸਾਰੀਆਂ ਕਾਨਫਰੰਸ ਪਿਛਲੇ 5-6 ਮਹੀਨੇ ਦੀਆਂ। ਜਲਦੀ ਥੋੜੇ ਸਮੇਂ ਬਾਅਦ ਹੀ ਮੈਂ ਕੋਈ ਹੋਰ ਵੀਡੀਓ ਲੈ ਕੇ ਆਉਣਾ ਕਿਸੇ ਨਵੇਂ ਟੌਪਿਕ ਦੇ ਉੱਪਰ। ਧੰਨਵਾਦ।